अस्सलामुअलैकुम दोस्तों, ये वीडियो हमने आपके लिए ड्रोन कैमरा की मदद से बनाई है। उम्मीद है आपको ये वीडियो पसंद आएगी। अगर आपको हमारी ये कोशिश पसंद आए और आपको ड्रोन की मदद से बनी हुई वीडियो भी पसंद आए तो आप हमारे चैनल को लाइक करें और वीडियोस को लाइक करें। ये काफ़ी डिफरेंट एक्सपीरियंस था। इस साल हमने ये तजर्बा किया है ड्रोन की मदद से वीडियोस बनाने का, और हमने चंद वीडियोस बनाई हैं, कुछ दौड़ों की तो कुछ टूर्नामेंट्स पे जाके। अगर आपको जो वीडियोस पसंद आए तो आप कमेंट करें नीचे और हमें बताएं कि आपको ये अच्छी लगी हैं, और अपने दोस्तों के साथ शेयर करें। हमने बहुत कोशिश की है कि ये अच्छी क्वालिटी की और कुछ डिफरेंट टाइप की वीडियोस आपको तक पहुंचाएं। तो उम्मीद है आपको हमारी वीडियोस पसंद आएंगी और आप हमारे चैनल को इसी तरह लाइक करते रहेंगे। थैंक यू वेरी मच। ड्रोन लाया उन्हें ता भी आना तो मेरे को नहीं पड़ेगा। चल डाया हुआ तो डाया हुआ। हर पिछों दी नाम ले यार भाई, परे भाई परे पीते हैं।
کے جناب کا بہت شکریہ اور میرے مہمانوں نے گرامی تشریف لے کے اس میں کئی پھر شکر گزار ہاں چودھری شباب بجل صاحب دی تشریف بجل صاحب چودھری شہید بجل صاحب چودھری وکاس کٹاریاں چودھری سلمان بجل صاحب چودھری نصر اللہ صاحب خوش آمدید ویلکم بخیر اگلے ست بسم اللہ جی آیا نو گراؤنڈ ذرا خالی کر دے جی زندہ باد میرے سچے مہمان ساڈی بڑے دے پردان بنے جنہیں بھی متر تشریف لے کے آئے سب کا بہت شکریہ بڑی مہربانی کہ اپنے کی اگر مولا اپنے شو اپنے تو میں شیئر کرا تو پیار کا لائک زیادہ ہو جائے کارن کرتا ہے
ਕੀਮਤੀ ਸਮੇਂ ਤੋਂ ਟਾਈਮ ਕਰਕੇ ਤਕਲੀਫ ਲੈ ਕੇ ਆਏ। ਜਰਾ ਖਾਲੀ ਚਾਹੀਦੀ ਹੈ, ਬੜੀ ਮਿਹਰਬਾਨੀ ਹੈ ਜੀ, ਨਿਸ਼ਚਿਤਾਂ ਜਰਾ ਖਾਲੀ ਕਰ ਦਿਆ। ਬਾਈ ਪਰੇੜੋ, ਬਾਈ ਪਰੇੜੋ, ਉਹ ਆਈ ਜਾਣਾ ਉਹਨੇ ਉਹਨੇ ਲਾਉਣਾ ਬਹੁਤ ਬੜਾ ਕਰਦੇ ਸਵਾਰ ਨਹੀਂ ਮੰਗਿਆ ਉਹਨੇ ਅੱਜ। ਸਟਾਰਟਿੰਗ ਲਾਈਨ ਤੇ ਪਹੁੰਚ ਗਿਆ ਤੇ ਸਟਾਰਟ ਹੋ ਗਿਆ। ਜਿਹਨੂੰ ਸਕਿੰਟਾਂ ਦੀ ਗੇਮ ਆ, ਇਨਸ਼ਾਅੱਲਾ ਫੈਡਰਲ ਟੀਮ ਦੇ ਸਾਹਮਣੇ ਹੋਣਗੇ ਤੇ ਫਾਈਨਲ ਰਾਊਂਡ ਦਾ ਮੈਂ ਤੇ ਸਾਡੇ ਵੀਰ ਜਿਹੜਾ ਚੈਲ ਸ਼ਰਫ ਬਿਜਰ ਸਾਹਿਬ 174 ਦਾ ਤੇ ਸ਼ਰਫ ਬਿਜਰਾ ਕਲਬ ਦੇ ਮੈਦਾਨ ਤੇ ਠੀਕ 4 ਵਜੇ ਫਾਈਨਲ ਰਾਊਂਡ ਦਾ ਪਤਾ ਨਹੀਂ ਫਾਈਨਲ ਰਾਊਂਡ ਦੇ ਵਿੱਚ ਠੀਕ 4 ਵਜੇ ਤੇ ਆਏਗਾ ਨਾ ਕਿ ਅਸੀਂ 4 ਵਜੇ ਚਲੇ ਹੋ ਬੰਦਾ ਨਹੀਂ ਜਵਾਤੀ ਹੈ, ਸਿਰਫ ਸਿਆਣਾ ਕਰਕੇ ਵੇਲੇ ਖੜ ਇਹਦੇ ਵੇਲੇ ਪੈਰ ਪਤਾ ਲੱਗ ਜਾਂਦਾ ਨਹੀਂ ਹੈਗਾ ਯਾਦ ਕਰਤਾ ਹੈ ਤੁਰ ਜਾਣੇ ਕੇ ਬਾਅਦ ਆਵਾਜ਼ ਪੇਸ਼ ਕਰ ਰਿਹਾ ਤੁਹਾਡਾ ਜਾਣਿਆ ਪਛਾਣਿਆ ਮਸ਼ਹੂਰੇ ਜ਼ਮਾਨਾ ਮੇਲੇ ਮੰਡੀਆਂ ਦਾ ਹਰ ਸ਼ਿਕਾਰ ਮੁਹੰਮਦ ਸਾਖ ਬਾਬੂ ਸਾਜਿਦ ਹੈ। ਹਰ ਮੇਲਾ ਬੜੇ ਮਹਿਕ ਤੇ ਜਾਂਦਾ ਹੈ, ਆਪਣੇ ਨਾਂ ਦੇ ਚੰਨੇ ਕੱਢ ਕੇ ਆਉਂਦਾ। ਖਾਰ ਪੀਓ, ਦਿਲ ਬਹਾਰ ਪੀਓ, ਤਾਜ਼ਾ ਕੇਲਾ ਸਰਦਾ ਮਿਰਚਿਕ ਪੀਓ, ਛੋਟਾ ਬਲਾ ਸੱਤ ਰੁਪਏ ਦਾ ਵੱਡਾ ਗਰਾਮ ਵੀਰ ਪੈਦਾ ਨਬੀਆਂ ਦੇ ਸਰਦਾਰ ਮਦੀਨੇ।
ਰਹਿਣ ਦੇ ਇਹਨਾਂ ਦੀ ਮੈਂ ਬਣਾ ਦੇਣੀ ਹੈ। ਪਿਛਲੇ ਦੀ ਕੀਤੀ ਪਿਛਲੇ ਦੀ ਬੋਤੀ ਪਿਛਲੇ ਦੀ ਇਹਨਾਂ ਦੀ ਵੀ ਖਿੱਚਾ ਜਿਹੜੇ ਬੰਦੇ ਹੁੰਦੇ ਮੈਦਾਨ ਦੇ ਵਿੱਚ 12 ਮਾਰਚ ਦੀ ਤਗੜੀ ਦੌੜ ਹੋਰ ਤਰਤੀਬ ਦਿੱਤੀ ਗਈ ਹੈ। 14 ਜਵਾਨ ਬੌਲ ਦੌੜਨਗੇ ਇੱਥੇ। ਪਹਿਲਾ ਇਨਾਮ ਹੋਏਗਾ 20,000 ਰੁਪਇਆ, ਦੂਜਾ ਇਨਾਮ 15,000 ਰੁਪਇਆ, ਤੀਜਾ ਇਨਾਮ 10,000 ਰੁਪਇਆ। ਫਰਾਜ 11 ਮਾਰਚ ਨੂੰ 172 ਹਜ਼ਾਰ ਦੇ ਸ਼ਿਵਾਲ ਹੋਣਗੇ ਪਾਕਿ ਮਲੰਗ ਦੇ ਦੁਕਾਨ ਦੇ ਉੱਤੇ ਜੀ। ਔਰ ਪਿਛਲੇ ਸਾਲ ਇਸ ਮੈਦਾਨ ਦੇ ਵਿੱਚ ਤੁਸੀਂ ਵੇਖਿਆ ਸੀ ਕਿ ਲੱਖ ਸੱਤਰ ਵਾਲਾ ਔਰ ਚੱਲ ਗਿਆ ਚੀਨਾ ਮੈਦਾਨ ਮਾਰ ਕੇ ਗਏ ਸਨ ਇਸ ਮੈਦਾਨ ਦੇ ਵਿੱਚੋਂ, ਲੇਕਿਨ ਹਾਰ ਦੇ ਤਾਂ ਫਿਰ ਗਰਾਊਂਡ ਦਾ ਹਿੱਸਾ ਹੈ, ਹਾਰ ਦੇ ਤਾਂ ਹੁੰਦੀ ਰਹਿੰਦੀ ਹੈ। ਨਾਲੇ ਅਸੀਂ ਤਾਂ ਆਸ਼ਕ ਹਾਂ ਇਸ ਖੇਡ ਦੇ, ਸਾਨੂੰ ਹਾਰ ਦੇ ਤੇ ਨਾਲ ਬੰਦ ਪਏ ਨਹੀਂ, ਅਸੀਂ ਤਾਂ ਬੋਲ ਉਧਰ ਹੋ ਜਾਓ ਠੀਕ ਹੈ, ਮੈਂ ਇੱਥੇ ਠੀਕ ਹੈ। ਦੀਨ ਸਾਹਿਬ ਬੰਦੇ ਨੂੰ ਕਹੋ ਪਿਛਾ ਜਾ, ਪਰਸੋਂ ਪੀਰ ਮਾਨ ਸਾਹਿਬ ਲੱਗੀ ਬੰਦੇ ਨੂੰ, ਬੰਦਾ ਹਸਪਤਾਲ ਆ ਜੇ। ਤੁਹਾਡੀ ਮਿਹਰਬਾਨੀ ਹੈ, ਕੋਈ ਮੌਕਾ ਇਸ ਟਾਈਮ ਬਿਲਕੁਲ ਪੂਰੇ ਪੰਜਾਬ ਦੇ ਸਾਹ ਬਹੁਤ ਇਸ ਟਾਈਮ ਟਰੈਕ ਤੇ ਲੱਗੇ ਹੋਏ ਨੇ, ਸਿਰ ਕੱਢਣੇ ਬਹੁਤ ਇਸ ਟਾਈਮ ਟਰੈਕ ਤੇ ਲੱਗੇ ਹੋਏ ਨੇ। ਜਿੰਦਾਬਾਦ ਜੀ। ਜਦੋਂ ਬਾਲ ਸਟਾਰਟਿੰਗ ਪੁਆਇੰਟ ਤੋਂ ਗੁਸਲ ਹੋ ਜਾਏ ਬੜੀ ਮਿਹਰਬਾਨੀ, ਇੱਥੇ ਪਿਛਾ ਹਟ ਜਾਓ, ਅੱਗੇ ਨਾ ਜਾਏਗੀ ਬੰਦਾ। ਲਾਲਾ ਸ਼ਰਾਫਤ ਸਾਹਿਬ ਆਹ ਬੰਦੇ ਨੂੰ ਪਿਛਾ ਕਰੋ, ਮਿਹਰਬਾਨੀ ਹੈ।
Thank you.
ਕਿਹਾ ਸੀ ਅੱਜ ਜਿੰਦਾਬਾਦ ਜੀ ਯਾਰ ਅਸੀਂ ਮੇਲਾ ਆਪ ਜਿੱਤਣ ਲਈ ਨਹੀਂ ਕਰਾਉਂਦੇ ਸਹੀ ਗੱਲ ਇਹ ਪਹਿਲਾ ਸਾਲ ਹੈ ਚੋਰੀ ਨਿਆਣ ਗੁਜਰ ਕੋ ਬਿਆਲ ਆ ਮੈਨੂੰ 5 ਸਾਲ ਹੋ ਗਿਆ ਦੌੜ ਕਰਾਉਂਦਾ ਇਹੀ ਨਾਮ ਚੱਲਦਾ 60,000 ਰੁਪਇਆ ਪੰਛੀ ਜਿੱਤਿਆ ਉਹ ਵੀ ਮੇਰਾ ਫੇਵਰੇਟ ਬਿਆਲ ਹੈ ਕੋਈ ਵੀ ਜਿੱਤੇ ਮੇਰਾ ਫੇਵਰੇਟ ਬਿਆਲ ਲੇਕਿਨ ਸਪੋਰਟ ਨਾਲ ਸਪੋਰਟ ਦਾ ਮਜ਼ਾਰਾ ਕਰਨਾ ਚਾਹੀਦਾ ਮੇਰਾ ਸਵਾਰ ਵੀ ਸਬਰ ਕਰੇਗਾ ਸਟਾਰਟ ਨੇ ਹਲਫੀਆ ਬਿਆਨ ਦਿੱਤਾ ਕਿ ਚਲੋ ਤੇ ਬਿਆਨ ਛੁੱਟੇ ਆ ਕੋਈ ਗੱਲ ਨਹੀਂ ਯਾਰ ਨੈਕਸਟ ਫੇਰ ਮਿਲਾਉਣਾ 3 ਤਰੀਕ ਨੂੰ ਫਿਰ ਦੌੜਾ ਅੱਲਾ ਚੰਗੀਆਂ ਕਰੇਗਾ ਕੋਈ ਮੁਸ਼ਕਲ ਨਹੀਂ ਮੇਰੀ ਸਾਰੀ ਪਾਰਟੀ ਮੇਰੀ ਸਾਰੀ ਕਮੇਟੀ ਵਾਲਾ ਕਬੂਲ ਕੋਈ ਗੱਲ ਨਹੀਂ ਯਾਰ ਹੁਣ ਜਗ੍ਹਾ ਖਾਲੀ ਕਰਦੇ ਪਲੀਜ਼ ਨਾਮ ਤੁਸੀਂ مالک الناس الہ الناس من شر الوسواس الخناس الذي يوسوس في صدور الناس من الجنة والناس صدق اللہ العلی العظیم وصدق رسوله الکریم اور ہر ابتدا سے پہلے کوئی گل خدا کا دے مکھ کر دے خدا یار چاچا جی بڑی مہربانی بڑی مہربانی بھائی مدد سارے بندے پیسہ کر دے باپ وطن وردی گل کوئی ہے اللہ دے بھلیے بندے پیسہ کر ਬਿਸਮਿਲ੍ਲਾ ਰਹਿਮਾਨ ਰਹੀਮ ਸਾਰਿਆਂ ਦੋਸਤਾਂ ਨੂੰ ਭਰਾਵਾਂ ਨੂੰ ਅਸਲਾਮ ਅਲੈਕੁਮ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਖਾਸ ਕਰ ਜਿਹੜੇ ਢੱਗਿਆਂ ਵਾਲੇ ਦੂਰੋਂ ਦੂਰੋਂ ਲਿਆ ਕੇ ਆਏ ਨਾ ਬੈਲ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੇ ਬਹੁਤ ਅੱਛਾ ਮੈਂ ਫੋਲੋ ਕਰਾਂਗਾ ਇਸੇ ਤਰ੍ਹਾਂ ਦੌੜ ਹੋਏਗੀ ਕਿਸੇ ਨਾਲ ਜ਼ਿਆਦਾ ਨਹੀਂ ਹੋਣ ਦਿਆਂਗੇ ਇਨਸ਼ਾਅੱਲਾ ਸਭ ਤੋਂ ਪਹਿਲੇ ਬਈ ਸਾਡੀ ਜ਼ੈਲ ਦੇ ਮੰਨੇ ਪ੍ਰਣੇ ਜੱਜ ਬਈ ਪੰਜਾਬ ਦੇ ਨੰਬਰ 1 ਜੱਜ ਤਾਹਰ ਬਸਰਾ ਪੰਜਾਬ ਦਾ ਨੰਬਰ 1 ਜੱਜ ਸਾਡੀ ਹਰ ਦੌੜ ਦੇ ਜੱਜ ਕਾਨੂੰਨ ਦੀਆਂ ਤਾੜੀਆਂ ਨੇ ਮਾਰਦਿਆ ਕਰੋ ਜੱਜ ਨੂੰ ਪਹਿਲਾ ਨਾਮ ਹੈ ਜੀ ਮਾਸਟਰ ਅਮਰ ਸਿੰਘ ਨੇ ਮਿਲ ਗਏ आदिल हुसैन गुज्जर साहब तशरीफ लिया आके अपना इनाम लैन जी जिंदाबाद ਸਦਕੇ ਜਾਵਾ ਕਹਿੰਦੇ ਨੱਚਦੇ ਪੰਜਾਬੀ ਡੱਗੇ ਢੋਲ ਤੇ ਲਵਾ ਕੇ ਖੇਡਦੇ ਨੇ ਖੇਡਾਂ ਜਿੱਦ ਤਲੀ ਤੇ ਟਕਾ ਕੇ ਅਜਮਲ ਹੱਕ ਮੇਰਾ ਵੀਰ ਆ ਕੇ ਆਪਣਾ ਨਾਮ ਲੈ ਅਜਮਲ ਹੱਕ ਮਿੱਠੂ ਮਲੰਗ ਆਏ ਜੀ ਮਿੱਠੂ ਮਲੰਗ ਆ ਕੇ ਆਪਣਾ ਨਾਮ ਲੈ ਜੀ ਪਿਛੋ ਹਟ ਜੋ ਵੀਰ ਇਸ਼ਤਿਆਕ ਛਾਕਾ ਆ ਕੇ ਆਪਣਾ ਇਨਾਮ ਲੈ ਜਦ ਆਪਣੀ ਕਿੱਟ ਨਾਲ ਹੀ ਲੈ ਕੇ ਆਉਣੀ ਚੌਧਰੀ ਮਦਰ ਹੱਕ ਸਾਹਿਬ ਇੱਕ ਤੇ ਸਟਾਰਟ ਦਾ ਤੇ ਕਟਾਰੀਆਂ ਆ ਕੇ ਆਪਣਾ ਨਾਮ ਲਈ ਭਾਈ ਮਦਰ ਸਾਹਿਬ ਜਿੰਦਾ ਭਾਈ ਚੌਧਰੀ ਮਦਰ ਰਜ਼ਾਕ ਸਾਹਿਬ ਇੱਕ ਤੇ ਸਟਾਰਟ ਦਾ ਤੇ ਕਟਾਰੀਆਂ ਜਿੰਦਾ ਬਾਲ ਵੈਲਡਨ ਜੀ ਸ਼ਰਟ ਵਾਪਸ ਕਰਕੇ ਜਣੀ ਨਾਮ ਨਾਲ ਲੈ ਕੇ ਜਾਣਾ ਲਾਲਾ ਫੈਜ਼ ਸਾਹਿਬ ਇੱਕ ਤੇ 72 ਗਾਹ ਤੇ ਚਾਹ ਦਫਾ ਕੋ ਕਿੱਥੇ ਰਹਿ ਗਏ ਹਨ ਯਾਰ ਮੈਂ ਉਹ ਪਿੱਛੇ ਬੈਠਾ ਇਹ ਲਾ ਲਿਆ ਹਾਂਜੀ ਬਾਬਰ ਗੁੱਜਰ ਆ ਕੇ ਆਪਣਾ ਨਾਮ ਲੈ ਜੀ ਬਾਬਰ ਗੁੱਜਰ ਭਾਈ ਮੁਹੰਮਦ ਸ਼ਕੀਲ ਸਾਹਿਬ ਆ ਕੇ ਆਪਣਾ ਨਾਮ ਲੈ ਜੀ ਭਾਈ ਮੁਹੰਮਦ ਸ਼ਕੀਲ ਸਾਹਿਬ ਭਾਈ ਸਹੀ ਤਾਂ ਕਰੀ ਯਾਰ ਕੀ ਕਰਦੇ ਪਏ ਤੁਹਾਨੂੰ ਮੇਰੇ ਵੀਰ ਸ਼ਹਿਜ਼ਾਦ ਭਾਈ ਸ਼ਹਿਜ਼ਾਦ ਹਮੀਰ ਸਾਹਿਬ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅੱਲਾ ਮਿਹਰ ਕਰੇ ਇਸ ਮੇਲੇ ਨੂੰ ਅੱਗੇ ਵਧਾਉਣ ਵਾਸਤੇ ਮੇਲੇ ਦੇ ਵਧਾਅ ਵਾਸਤੇ ਬੜੀ ਮਿਹਨਤ ਕੀਤੀ ਹੈ ਭਾਈ ਸ਼ਹਿਜ਼ਾਦ ਹਮੀਰ ਸਾਹਿਬ ਇਹਨਾਂ ਵਾਸਤੇ ਸਪੈਸ਼ਲ ਨਾਮ ਜੀ ਮੇਰੇ ਵੀਰ ਹਲੈਨ ਗੁੱਜਰ ਸਾਹਿਬ ਇਹਨਾਂ ਦੋਸਤਾਂ ਦੇ ਇਨਾਮਾਂ ਤਕਸੀਮ ਕਰ ਰਹੇ ਨੇ ਸਤੂ ਆ ਕੇ ਆਪਣਾ ਇਨਾਮ ਲੈ ਜੀ ਤਸਵਰ ਹੁਸੈਨ ਮੱਧੂ ਫੇਰ ਆਇਆ ਕਰ ਇਧਰ ਆ ਨੌਜਵਾਨਾਂ
बड़ी मेहनत की इस बच्चे ने जिंदाबाद जी मोहम्मद बाबर आके अपना नाम ले जी जिंदाबाद जी चलो बाप ने जी शकीर बॉलता के लगे भी क्या फेसबुक में थोड़ा पेज भी बनाया हुआ शकीर बॉलता ने लाइक मारो तो पूरे पाकिस्तान के नाम ने पुराने शकीर ने नस्ली शकीर ने बॉलता ने अल्लाह मेहर करे मोहम्मद अहसान अकरम जिंदाबाद जी हाँ जी भाई साहिब इफ्तखार साहब दी तारियां मुबारक जिन्होंने मेहनत की है इस मेले से जिंदाबाद चौबीस साहिब इफ्तखार साहब वास्ते स्पैशल इनाम जी जिंदाबाद बैठक जी स्पैशल गिफ्ट हर तारियां चाहिए मेहमाना वास्ते तारियां दे मारने भाई खालिद तुफैल साहब फलैटी ग्रुप जी भाई खालिद तुफैल साहब फलैटी ग्रुप आओ जी सारिया गड्डिया के मालिका आओ जी मारे धारियां हर गड्डी को खिलाफ किया जी अल्लाह ने करे जिंदाबाद जी सदके स्पेशल इनाम है जी जिंदाबाद बेल्डन दो ट्राफियां 2000 रुपया सिक्का रॉयल वर्ल्ड हुकूमत पाकिस्तान के मुताबिक जी 2000 रुपया जिंदाबाद बेल्डन जी सदके भाई हनैन गुजर साहब देंगे इनाम जी मेहमान चौधरी मोहम्मद उस्मान साहब फैसलाबाद सिपाही तहीद रहमान साहब चौधरी तहीद गुजर साहब चौधरी हनैन गुजर साहब इन गड्डिया के मालिका ने इनाम इनाम लैन वास्ते आओ जी जिंदाबाद पहले नंबर की होल लगी है गल कहते खाओ खुराक करो मेहनत स्टेज दिखने चाहिए तहीद गुजर साहब चौधरी हनैन गुजर साहब भाई शहबाज गुजर साहब भाई सैयद इफ्तखार साहब 7000 रुपये के भड्डिया ट्राफियां दोनों दिन गल हो जी पहले नंबर की गल है बैठा जाता है अच्छ सलाम पेश करते हैं पहला नंबर बॉल